ਇੱਕ ਵਾਰ ਲੰਡਨ ਤੋਂ ਆਇਆ ਜਿੱਥੇ ਹਾਈ ਕਮਿਸ਼ਨ ਆਫ ਇੰਡੀਆ ਨੇ ਇਲਾਕੇ ਦੇ ਸਿੱਖਾਂ ਦੇ ਨਾਲ ਮਿਲ ਕੇ ਇੱਕ ਫੋਟੋ ਐਗਜ਼ਿਬਿਸ਼ਨ ਤਿਆਰ ਕੀਤਾ ਹੈ ਜਿਹੜਾ ਖਾਸ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਪੇਂਟਰਸ ਵੱਲੋਂ ਪੇਂਟ ਕੀਤੀਆਂ ਤਸਵੀਰਾਂ ਦੇ ਜ਼ਰੀਏ ਗੁਰੂ ਸਾਹਿਬ ਦੀ ਦੇ ਜੀਵਨ, ਉਹਨਾਂ ਦੇ ਫਲਸਫੇ ਅਤੇ ਸਿੱਖੀ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਹਿਰੂ ਸੈਂਟਰ ਦੇ ਵਿੱਚ ਇਹ ਐਗਜ਼ਿਬਿਸ਼ਨ ਲੱਗੀ ਹੋਈ ਹੈ ਔਰ ਇਸ ਈਵੈਂਟ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ 40,000 ਲੋਕ ਪਸੰਦ ਕਰ ਚੁੱਕੇ ਨੇ ਅਤੇ ਈਵੈਂਟ ਦੇ ਵਿੱਚ 500 ਤੋਂ ਵੱਧ ਲੋਕ ਰੋਜ਼ਾਨਾ ਪਹੁੰਚ ਰਹੇ ਨੇ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਦੁਨੀਆ ਭਰ ਦੇ ਵਿੱਚ ਵੱਖ ਵੱਖ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ, ਉੱਥੇ ਹੀ ਗੱਲ UK ਦੀ ਕੀਤੀ ਜਾਵੇ ਤਾਂ ਇੱਥੋਂ ਦੀ ਇੱਕ ਸੰਸਥਾ ਸਿਟੀ ਸਿੱਖ ਦੇ ਵੱਲੋਂ ਇੰਡੀਅਨ ਹਾਈ ਕਮਿਸ਼ਨ ਦੇ ਨਾਲ ਮਿਲ ਕੇ ਨਹਿਰੂ ਕਲਚਰ ਸੈਂਟਰ ਵਿਖੇ ਖਾਸ ਐਗਜ਼ਿਬਿਸ਼ਨ ਦਾ ਪ੍ਰਬੰਧ ਕੀਤਾ ਗਿਆ। ਮੰਤਵ ਸੀ ਕਿ ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਜੋ ਆਪਣੀ ਸਿੱਖੀ ਤੋਂ ਪਿੱਛੇ ਹੁੰਦੀ ਜਾ ਰਹੀ ਹੈ ਉਸਨੂੰ ਕਿਸੇ ਵੀ ਤਰੀਕੇ ਸਿੱਖ ਇਤਿਹਾਸ ਦੇ ਨਾਲ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਨਾਲ ਜੁੜਿਆ ਜਾ ਸਕੇ। ਇਸ ਇਤਿਹਾਸਿਕ ਦਿਨ ਮੌਕੇ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਲਿਖਤੀ ਇਤਿਹਾਸ ਦੇ ਜ਼ਰੀਏ ਵੀ ਨੌਜਵਾਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਸਮਾਗਮ ਦੇ ਵਿੱਚ ਖਾਸ ਤੌਰ ਦੇ ਉੱਤੇ ਕਈ ਸ਼ਖਸੀਅਤਾਂ ਪਹੁੰਚੀਆਂ। ਲਾਰਡ ਲੂੰਬਾ ਇਸ ਸਮਾਗਮ ਦੇ ਵਿੱਚ ਪਹੁੰਚੇ, ਉਸ ਤੋਂ ਇਲਾਵਾ ਇੰਡੀਅਨ ਡੈਲੀਗੇਟ ਵੀ ਕਈ ਪਹੁੰਚੇ। ਬ੍ਰਿਟਿਸ਼ ਸਿੱਖ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ। ਲਿਹਾਜ਼ਾ ਇੱਕ ਦਿਨ ਦੀ ਹੀ ਇਹ ਪ੍ਰਦਰਸ਼ਨੀ ਰਹੀ। ਮੰਤਵ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਹੋਰ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਸਕੇ ਤਾਂ ਜੋ ਕਿ ਇੱਥੋਂ ਦੇ ਵਸਦੀ ਸਿੱਖ ਸੰਗਤਾਂ ਦੇ ਵੱਲੋਂ ਜੋ ਮਨ ਦੇ ਵਿੱਚ ਉਤਸ਼ਾਹ ਸੀ ਕਿ ਗੁਰੂ ਘਰਾਂ ਤੋਂ ਬਾਹਰ ਨਿਕਲ ਕੇ ਵੀ ਅਸੀਂ ਇਸ ਸਮਾਗਮ ਨੂੰ ਮਨਾਉਣਾ ਹੈ, ਉਸ ਉਤਸ਼ਾਹ ਨੂੰ ਬਰਕਰਾਰ ਰੱਖਿਆ ਜਾਵੇ। ਅਸੀਂ ਗੱਲਬਾਤ ਕੀਤੀ ਸਿਟੀ ਸਿੱਖ ਦੇ ਇੱਕ ਮੈਂਬਰ ਦੇ ਨਾਲ, ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਹੀ ਕਾਫ਼ੀ ਜ਼ਿਆਦਾ ਉਤਸ਼ਾਹ ਲੋਕਾਂ ਦਾ ਵੇਖਿਆ ਜਾ ਰਿਹਾ ਸੀ ਅਤੇ ਤਕਰੀਬਨ 500 ਤੋਂ ਵੱਧ ਗੈਸਟ ਇੱਕ ਦਿਨ ਦੇ ਵਿੱਚ ਹੀ ਇਸ ਐਗਜ਼ਿਬਿਸ਼ਨ ਨੂੰ ਦੇਖਣ ਦੇ ਲਈ ਦੂਰ ਦੁਰਾਡਿਓਂ ਸੈਂਟਰਲ ਲੰਡਨ ਨਹਿਰੂ ਸਿਟੀ ਸੈਂਟਰ ਪਹੁੰਚੇ। ਸਿਟੀ ਸੀਕ ਨੇ ਇੰਡੀਅਨ ਹਾਈ ਕਮਿਸ਼ਨ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550th ਬਰਥਡੇ ਸੈਲੀਬ੍ਰੇਸ਼ਨ ਲਈ ਇੱਕ ਸਪੈਸ਼ਲ ਐਗਜ਼ਿਬਿਸ਼ਨ ਔਰਗਨਾਈਜ਼ ਕੀਤੀ ਆ ਨਹਿਰੂ ਸੈਂਟਰ ਲੰਡਨ ਦੇ ਵਿੱਚ, ਅਤੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਫੋਟੋਆਂ, ਸਟੋਰੀਜ਼, ਉਹਨਾਂ ਦੀ ਫਿਲੋਸਫੀ ਦੇ ਬਾਰੇ ਐਗਜ਼ਿਬਿਸ਼ਨ ਬਣਾਈ ਆ ਜਿੱਥੇ ਲੋਕ ਆ ਕੇ ਦੇਖ ਸਕਦੇ ਨੇ। ਅਤੇ ਇਹ ਸਾਡਾ ਇਵੈਂਟ ਸਭ ਤੋਂ ਸਕਸੈਸਫੁਲ, ਸਾਡੇ 8 ਸਾਲਾਂ ਦੇ ਵਿੱਚ ਸਭ ਤੋਂ ਸਕਸੈਸਫੁਲ ਇਵੈਂਟ ਹੋਇਆ ਆ, ਜਿੱਥੇ 40,000 ਲੋਕਾਂ ਨੇ ਇੰਟਰਸਟ ਦਿੱਤਾ ਸਾਨੂੰ ਇਵੈਂਟ ਆਉਣ 'ਤੇ, ਅਤੇ 500 ਬੰਦਿਆਂ ਨੇ RSVP ਕੀਤਾ ਸੀਗਾ। ਅਤੇ ਇਹ ਹੈਗਾ ਨੇ ਪਾਰਟ ਆਫ ਦੀ ਗਲੋਬਲ ਸੈਲੀਬ੍ਰੇਸ਼ਨ ਜਿਹੜੇ ਚੱਲਦੇ ਪਏ ਨੇ, ਜਿਹੜੇ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀਗਾ ਕਿ ਪੂਰੇ ਇੰਡੀਆ ਵਿੱਚ ਵੀ ਅਤੇ ਪੂਰੀ ਦੁਨੀਆ ਵਿੱਚ ਵੀ ਜਿੱਥੇ ਵੀ ਆਪਣੇ ਲੋਕ ਹੈਗੇ ਨੇ ਉਹ ਸਾਰੇ ਇਸ ਸਾਲ ਖੂਬ ਖੁਸ਼ੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਬਾਰੇ, ਉਹਨਾਂ ਦੀ ਉਦਾਸੀਆਂ ਬਾਰੇ, ਉਹਨਾਂ ਦੀ ਲਾਈਫ ਹਿਸਟਰੀ ਦੇ ਬਾਰੇ ਐਗਜ਼ਿਬਿਸ਼ਨ ਹੋਣਗੇ। ਇਸ ਤੋਂ ਇਲਾਵਾ ਵੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਈ ਹੋਰ ਧਾਰਮਿਕ ਸਮਾਗਮਾਂ ਦਾ ਵੀ ਪ੍ਰਬੰਧ ਪੂਰੇ UK ਭਰ ਦੇ ਵਿੱਚ ਕੀਤਾ ਜਾਵੇਗਾ। ਕੋਸ਼ਿਸ਼ ਰਹੇਗੀ PTC ਨਿਊਜ਼ ਦੀ ਹਰ ਵੱਡੇ ਸਮਾਗਮਾਂ ਤੋਂ ਅਤੇ ਹਰ ਉਹਨਾਂ ਸਮਾਗਮਾਂ ਤੋਂ ਤੁਹਾਨੂੰ ਜਾਣੂ ਕਰਵਾਈਏ ਜੋ ਸਿੱਖ ਇਤਿਹਾਸ ਦੇ ਉੱਤੇ ਚਾਨਣਾ ਪਾਉਂਦੇ ਨੇ ਅਤੇ ਨੌਜਵਾਨ ਪੀੜ੍ਹੀ ਨੂੰ ਧਰਮ ਦੇ ਨਾਲ ਜੋੜਦੇ ਨੇ। ਅਮਨਪ੍ਰੀਤ ਸਿੰਘ, PTC ਨਿਊਜ਼, ਲੰਡਨ।